ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣਿਆਂ ਨੂੰ ਹੋਪਫੁਲ ਦੀ ਸਾਈਡ ਠੀਕ ਠਾਕ ਹੋਵੋਗੇ ਆ ਕੌਣ ਭਲਾ ਬੋਲ ਮਿਸ ਕੀਤੀ ਮਿਸ ਕੀਤੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਆਏ ਹੋਏ ਹਾਂ ਖਾਲਸਾ ਕਾਲਜ ਜੋ ਕਿ ਅੰਮ੍ਰਿਤਸਰ ਦਾ ਸਭ ਤੋਂ ਮਸ਼ਹੂਰ ਕਾਲਜ ਹੈ ਪਿੱਛੇ ਵੇਖ ਸਕਦੇ ਜੀ ਖਾਲਸਾ ਕਾਲਜ ਤਾਂ ਵੇਲੀਆਂ ਪੁਰਾਣਾ ਗੁੱਗਲਾਂ ਤੇ ਖਬਰਾਂ ਪੜੀਆਂ ਉਹ ਲੜਦੇ ਹੀ ਨੋ 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 ਲੜਨਾ ਕਿਉਂ ਲੜਨੇ ਨਾ 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 ਲੜਨ ਲੜਾਈ ਥੋੜ੍ਹਾ ਕਰੀ ਦੀ ਹੁੰਦੀ ਆ ਤੇ ਇਹ ਆਪਾਂ ਆਏ ਹਾਂ ਚਲੋ ਖਾਲਸਾ ਕਾਲਜ ਮਤਲਬ ਐਡਮਿਸ਼ਨਸ ਦਾ ਇਹਦੀ ਐਡਮਿਸ਼ਨ ਦਾ ਪਤਾ ਕਰਨਾ ਹਾਂਜੀ ਠੀਕ ਹੈ ਇਹ ਨਵੀਂ ਨਵੀਂ ਪਲੱਸ ਟੂ ਕੀਤੀ ਆ ਅਤੇ ਅਸੀਂ ਕਿਹਾ ਪਤਾ ਕਰ ਜੀ ਐਡਮਿਸ਼ਨ ਦਾ ਅਤੇ ਆ ਵੇਖ ਸਕਦੇ ਖਾਲਸਾ ਕਾਲਜ ਪਿੱਛੇ ਸਟੂਡੈਂਟ ਆ ਚਲੋ ਜਿੱਦਾਂ ਪੂਰਾ ਹੀ ਰਾਹ ਪਤਾ ਹੈ ਭੱਜੀ ਜਾਣ ਡੀ ਆ ਵੱਡੀ ਗਾਈਸ ਦੀ ਲੱਗਦੀ ਹੈ ਅੱਗੇ ਟਰੱਕ ਆਉਣ ਡਿਆ ਟਰੱਕ ਨੂੰ ਨਾ ਪੈਂਦੀ ਅਤੇ ਚਲੋ ਆਪਾਂ ਅੰਦਰ ਤਾਂ ਆ ਗਏ ਐਂਟਰੀ ਹੋ ਗਈ ਆ ਬਾਹਰੋਂ ਮੈਂ ਸਟਾਰਟ ਨਹੀਂ ਕੀਤਾ ਬਿਕੋਜ ਮੀਂਹ ਬੜਾ ਪੈਣ ਡਿਆ ਸੀ ਵੇਖ ਸਕਦੇ ਜੇ ਚਲੋ ਮਿਲਦੇ ਤੁਹਾਨੂੰ ਅੱਗੇ ਜਾ ਕੇ ਅੱਛਾ ਇੱਥੇ ਹੋਸਟਲ ਆ ਬੋਇਜ਼ ਦਾ ਅਤੇ ਇੱਧਰ ਹਾਂ ਮੇਰਾ ਸਕੂਲ ਹੈ ਮੈਡਮ ਇੱਧਰ ਤੇਰਾ ਸਕੂਲ ਆ ਐਗਰੀਕਲਚਰ ਐਡਮਿਸ਼ਨ ਲੈਣੀ ਆ ਆਹ ਹੈਗਾ ਸਕਿੱਲ ਡਿਵੈਲਪਮੈਂਟ ਸੈਂਟਰ ਗਲੋਬਲ ਫਾਊਂਡੇਸ਼ਨ ਦੀ ਰੀਚ ਪਰ ਜਗ੍ਹਾ ਬੜੀ ਸੋਹਣੀ ਆ ਵੈਦਰ ਬਹੁਤ ਸੋਹਣਾ ਮੀਂਹ ਪਿਆ ਅੱਗੇ ਕੀਰਤੀ ਛੱਪੜੀ ਵਿੱਚ ਡਿੱਗਣਾ ਜਾਈ ਤੇਨ ਬਟ ਹੁਣ ਤੁਹਾਨੂੰ ਪਤਾ ਜੂਨ ਦੀਆਂ ਛੁੱਟੀਆਂ ਪੈ ਗਈਆਂ ਅਤੇ ਕਾਲਜ ਵਿੱਚ ਛੁੱਟੀਆਂ ਹੋ ਗਈਆਂ ਇੱਧਰ ਕੰਟੀਨ ਆ ਪੈਲੀਆਂ ਵੀ ਹੈਗੀਆਂ ਜੀ ਹਾਏ ਕੀਰਤੀ ਆਪਾਂ ਤੁਰ ਤੁਰ ਥੱਕ ਗਈਆਂ ਸੰਨਾਟਾ ਛਾਇਆ ਹੋਇਆ ਕਾਲਜ ਦੀਆਂ ਛੁੱਟੀਆਂ ਹੋ ਗਈਆਂ ਕਿਤੇ ਹੋਰ ਵਿਖਾ ਇੰਟਰੋਡਕਸ਼ਨ ਦਾ ਮੈਡਮ ਸਾਹਮਣੇ ਜਿਹੜਾ ਦੂਸਰਾ ਡਿਪਾਰਟਮੈਂਟ ਹੈ ਨਾ ਹਾਂ ਉੱਥੇ ਡਾਕਟਰੀ ਦਾ ਹੁੰਦਾ ਸਾਰਾ ਅੱਛਾ ਉਹ ਸਾਹਮਣੇ ਡਾਕਟਰੀ ਇਹ ਥੋੜਾ ਇਹ ਕਾਲਜ ਦੇ ਬੈਕ ਸਾਈਡ ਪੈਂਦਾ ਨਾ ਇਹ ਕਾਲਜ ਦੇ ਤੇ ਇਹ ਸੜਕ ਸਿੱਧੀ ਰੋਡ ਵੱਲ ਬਾਹਰ ਨੂੰ ਨਿਕਲਦੀ ਆ ਇਹ ਤਾਂ ਪੁਤਲੀ ਘਰ ਵੱਲ ਨੂੰ ਨਿਕਲ ਜਾਂਦੀ ਨਾ ਹਾਂਜੀ ਮੈਡਮ ਕੀਰਤੀ ਦੀ ਸਹੇਲੀ ਮਿਲ ਗਈ ਕਿਰਤੀ ਕਿੱਦਾਂ ਭੱਜੀ ਆਈ ਏ ਮੈਂ ਤੈਨੂੰ ਉੱਥੇ ਲੈਣ ਆਈ ਸੀ ਹਾਏ ਗਾਇਸ ਮੈਨੂੰ ਉੱਥੇ ਲੈ ਚਲੀ ਨੇ ਤੈਨੂੰ ਬਹੁਤ ਵਧੀਆ ਵਧੀਆ ਗਾਇਸ ਮਿਲਿਆ ਸੀ ਚੁੱਪ ਲੈ ਜਾ ਮੈਨੂੰ ਲੰਬਾ ਸਾ ਮੈਨੂੰ ਬੜਾ ਤੁਰ ਕੇ ਨਹੀਂ ਜਾਣਾ ਪੈਗਾ ਦੇਖੋ ਆਪ ਕਾਲਜ ਚੋਪੜੀ ਹੁਣ ਫਿਰ ਕੀ ਕਾਲਜ ਪੈਟਰੋਲ ਪੰਪ ਵੀ ਆ ਕਿੰਨੀ ਸੋਹਣੀ ਲੋਕੇਸ਼ਨ ਆ ਨਾ ਇੱਧਰ ਵੇਖੋ ਹਾਂਜੀ ਹਾਂਜੀ ਬਹੁਤ ਵਧੀਆ ਹੈਲੋ ਗਾਇਸ ਇੰਟਰਵਿਊ ਦੋ ਇਹ ਮੈਂ ਹੂੰ ਇਹ ਮੇਰੀ ਸਹੇਲੀ ਹੈ ਇਹ ਮੇਰੀ ਸਕੂਟੀ ਯਾਰ ਹਮ ਸਕੂਟੀ ਤੇ ਘੂਮ ਰਹੇ ਹੈ ਹਮ ਘੁੰਮੀ ਘੁੰਮੀ ਕਰ ਰਹੇ ਹੈ ਇੰਨੀ ਤੇਜ਼ ਸੜਕ ਤੇ ਸਾਰੀ ਖਾਲੀ ਆ ਆਹੋ ਹਾਈ ਸਮਝਾ ਪਰ ਇੱਥੇ ਇੱਥੇ ਗਾਇਸ ਅਸੀਂ ਡਿੱਗੇ ਹੀ ਤਿੰਨ ਜਾਣੇ ਸਾਡੇ ਗੁੱਡੇ ਗੁੱਡੇ ਵਾਲਾ ਖਿਲਰਾ ਖਿਲਰਾ ਪਿਆ ਐਕਟਿਵਾ ਨੂੰ ਡਿੱਗੇ ਨਾ ਮੋਟਰਸਾਈਕਲ ਤੋਂ ਐਕਟਿਵਾ ਤੋਂ ਡਿੱਗੇ ਐਕਟਿਵਾ ਤੋਂ ਡਿੱਗੇ ਬੜੇ ਜ਼ੋਰ ਦੀ ਮੈਂ ਸੁਣੀ ਦੀ ਬ੍ਰੇਕਾਂ ਢਿੱਲੀਆਂ ਸੀਗੀਆਂ ਉਹਨੇ ਮੰਗੀ ਅੱਜ ਕੰਟੀਨ ਸਾਰੀਆਂ ਬੰਦ ਆ ਨਾ ਇਸ ਕਾਲਜ ਹੀ ਬੰਦ ਮੇਰੀ ਗੱਲ ਸੁਣ ਫਿਰ ਕੀ ਕਰੀਏ ਪੈਟਰੋਲ ਭਰਾ ਕੇ ਲਈਏ ਗਾਇਸ ਮੈਡਮ ਨਹਾ ਕੇ ਵੀ ਆਏ ਗਾਇਸ ਮੈਡਮ ਸਾਡੇ ਬਹੁਤ ਸੋਹਣੇ ਗਾਇਸ ਦੇਖੋ ਅੱਜ ਮੈਮ ਕਿਨੇ ਬਲਸ਼ ਬਲਸ਼ ਕਰ ਲਿਆ ਠੰਡ ਹਾਂ ਠੰਡਾ ਪਾਣੀ ਗਾਇਸ ਗਾਇਸ ਸਾਰੀ ਖਸ਼ਰ ਖਾਲੀ ਹੈ ਗਾਇਸ ਹਰ ਨਹੀਂ ਮਾਦੀ ਜੇ ਖਾਲੀ ਆ ਦੋ ਗੱਡੀਆਂ ਨੇ ਚੱਲਣ ਦੀ ਚਲੀਏ ਫਿਰ ਆਪਾਂ ਆ ਗਿਆ ਸਾਡੇ ਜਿਹੜਾ ਗੁਰੂ ਰਾਮਦਾਸ ਏਅਰਪੋਰਟ ਅਜਨਾਲਾ ਇਸ ਕਰਕੇ ਲਾਗੇ ਹੀ ਜਹਾਜ਼ ਦੇਖਦੇ ਆ ਪੈਲੀਆਂ ਤੂੰ ਕਿਵੇਂ ਚ ਪੜਦਾ ਵਾ ਮੈਂ 5th ਚ ਇੱਥੇ ਪੜਦਾ ਖਾਲਸਾ ਕਾਲਜ ਨਹੀਂ ਨਹੀਂ ਮੈਂ ਦਾਦਾ ਬੰਦੀ ਛੋੜ ਪੜਦਾ ਇਹ ਕਿੱਥੇ ਆ ਉਹ ਇੱਧਰ ਪੋਲੀ ਅੱਡੇ ਲੱਗੇ ਮੈਨੂੰ ਨਹੀਂ ਪਤਾ ਪੋਲੀ ਅੱਡੇ ਦਾ ਮੈਂ ਇੱਧਰ ਦੀ ਨਹੀਂ ਆ ਤੇ ਹਾਈ ਗਰਮੀ ਬੜੀ ਹੋ ਗਈ ਆ ਗਰਮੀ ਲੱਗਣ ਲੱਗ ਪਈ ਕਾਲਜ ਵਾਲੇ ਬਣਨ ਵੀ ਡਿਆ ਵਾ ਇਹ ਪੇ ਬੈਕ ਸਾਈਡ ਪੈ ਜਾਂਦੀ ਇੱਧਰੋਂ ਹੁਣ ਡਾਕਟਰੀ ਡਿਪਾਰਟਮੈਂਟ ਆ ਗਿਆ ਸਰੀਏ
ਮੋਟੇ ਮੋ ਉਹ ਕੰਮ ਚੱਲਣ ਡਿਆ ਨਾ ਉਹ ਆ ਜਾਣ ਜਲਦੀ ਕਾਲਜ ਵੇਖੋ ਮੱਝਾਂ ਵੀ ਹੈਗੀਆਂ ਜੀ ਅੰਦਰ ਚੱਲ ਇਹ ਅੰਦਰ ਰੱਖੀਆਂ ਹੋਣ ਕਾਲਜ ਵਾਲਿਆਂ ਨੇ ਇਹ ਡਿਪਾਰਟਮੈਂਟ ਬਣੇ ਨਾ ਵੱਖਰੇ ਵੱਖਰੇ ਉਹਨੇ ਸਾਰਾ ਮਤਲਬ ਦੇਖ ਲਓ ਨਾਲ 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 ਛੱਡ ਕੇ ਅੰਦਰ ਜਾ ਕੇ ਬਣਾ ਲਓ ਡਰ ਬੜਾ ਲੱਗਦਾ ਮੈਨੂੰ ਤੇਰੇ ਵਰਗਾ ਤੁਰੀ ਆਉਣ ਡਿਆ ਰੌਲਾ ਪਾਉਣੇ ਆ ਨਿੱਕੂ ਜਿਹਾ ਉਹ ਡੋਲ ਆ ਰਹੇ ਡੋਲ ਗਾਣਾ ਸੁਣਾਉਂਦੇ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਫਿਜ਼ੀਕਲ ਡਿਪਾਰਟਮੈਂਟ ਆ ਗਿਆ ਹੈ ਕਿੰਨੀ ਸ਼ਾਂਤੀ ਆ ਨਾ ਕਿਉਂਕਿ ਛੁੱਟੀਆਂ ਹੋ ਗਈਆਂ ਫਿਜ਼ੀਕਲ ਡਿਪਾਰਟਮੈਂਟ ਅਗਲਾ ਹੁਣ ਅੱਗੇ 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 ਆ ਸਾਰੇ ਆਹ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਣੀ ਹੋਣੀ ਅੰਮ੍ਰਿਤਸਰ ਸਿਸਟਮ ਨਾਲ ਹੀ ਕੰਧ ਪਾਰ ਯੂਨੀਵਰਸਿਟੀ ਆ ਅਤੇ ਤੁਰੇ ਜਾਂਦੇ ਤੁਰੇ ਜਾਂਦੇ ਮੈਨੂੰ ਲੱਗਾ ਬਿਆਨ ਨਹੀਂ ਪਟਾਇਆ ਹੀ ਉਹਦਾ ਹੀ ਟਰਾਲੀ ਦਾ ਟਰਾਲੀ ਉਹ ਕਰਨਾ ਕੁਰਨ ਵਾਸਤੇ ਗਾਣਾ ਆਹ ਨਾਲ ਹੀ ਉੱਪਰਲੇ ਬਣੇ ਉਹ ਵਾ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਧਰ ਨਾਲ ਕਾਲਜ ਆ ਜਿੱਧਰ ਆਪਾਂ ਆਏ ਅੰਦਰ ਐਂਟਰੀ ਰਾਜ ਕਾਲਜ ਹਾਂ ਉੱਧਰ ਕਾਲਜ ਦੀ ਮੇਨ ਐਂਟਰੀ ਕੀਤੀ ਆ ਅਤੇ ਇੱਧਰ ਬੈਕ ਸਾਈਡ ਆ ਜਿਹੜੇ ਡਿਪਾਰਟਮੈਂਟ 'ਚ ਆਪਾਂ ਜਾਣਾ ਇੱਧਰ ਯੂਨੀਵਰਸਿਟੀ ਆ ਚਲੋ ਆ ਜਾਓ ਫਿਰ ਚੱਲੀ ਜਾਈਏ ਖਾ ਸਕਦੇ ਹਾਂ ਚਲੋ ਆਇਆ ਆ ਗਈਆਂ ਅਤੇ ਹੁਣ ਮੈਨੂੰ ਕਹਿੰਦੀਆਂ ਬੈਠੋ ਮੈਨੂੰ ਪਿੱਛੇ ਲਮਕਾ ਲਓ ਬਹਿ ਲੱਗੀ ਆ ਮੈਡਮ ਦੀ ਜੁੱਤੀ ਬੜੀ ਲੱਗਦੀ ਮੈਡਮ ਨੂੰ ਮੇਰੇ ਸਾਡਾ ਸਰਟੀਫਿਕੇਟ ਰਹਿ ਜਾਣਾ ਵਾ ਚਲੋ ਚਲੋ ਮੈਡਮ ਬੈਠੋ ਬੈਠੀ ਆ ਗਈ ਆ ਇੱਧਰ ਦੇਖੋ ਚਾਰ ਜਾਣੇ ਕਲਾਸ ਲੈਣਾ ਹੈ ਜੀ ਆਪਣਾ ਚੜਾ ਲੈਂਦੀ ਕਦੀ ਤਾਰ ਲੈਂਦੀ ਆ ਇਹਨਾਂ ਦਾ ਇਹੀ ਕੁਝ ਚੱਲਣ ਡਿਆ ਚਲੋ ਇੰਨਾ ਟਾਈਮ ਲਾ ਕੇ ਆਈ ਆ ਵੇਖੋ ਛੇੜ ਕੇ ਜਾਣ ਡੀ ਸਾਨੂੰ ਤੇ ਹੁਣ ਆਪਾਂ ਕੀ ਕਹਿੰਦੇ ਉਹਨੂੰ ਯਾਰ ਭੁੱਖ ਲੱਗੀ ਤੁਰ ਤੁਰ ਕੇ ਮੈਨੂੰ ਆ ਬੜੀ ਇਹਨੂੰ ਪਤੰਦਰ ਜਾਂ ਇਹਨੂੰ ਪਿੱਛੇ ਬਾਲਾ ਉਹਨਾਂ ਨੇ ਆਪਣੇ ਕੋਲ ਰੱਖ ਲੈਣਾ ਹੀ ਸਿਕਿਉਰਿਟੀ ਗਾਰਡ ਦਾ ਗੱਲਾਂ ਮਾਰੇ ਪਾਏ ਆਹੋ ਚਲ ਉਹਨਾਂ ਗੱਲਾਂ ਮਾਰ ਮੈਡਮ ਥੱਕ ਗਏ ਹੁਣ ਤੁਸੀਂ ਬੜਾ ਥੱਕ ਗਏ ਆ ਵੀ ਡਿਪਾਰਟਮੈਂਟ ਆ ਗਿਆ ਆ ਲੋ ਡਿਪਾਰਟਮੈਂਟ ਆ ਗਿਆ ਚਲ ਹਾਂ ਹੁਣ ਆਪਾਂ ਪਹੁੰਚ ਗਏ ਹਾਂ ਲੋ ਡਿਪਾਰਟਮੈਂਟ ਥੱਕ ਧਾਰ ਕੇ ਪਹੁੰਚ ਗਏ ਤੂੰ ਅੱਗੇ ਅੱਗੇ ਭੜਕਦੀ ਰਹਿੰਦੀ ਆ ਮੈਨੂੰ ਪਿੱਛੇ ਛੱਡ ਦੇ ਚਲੋ ਕਿੰਨੀ ਵੇਖੋ ਦੂਰ ਆਏ ਆਪਾਂ ਚਲੋ ਚੱਲੀਏ ਕਰੀਏ ਐਂਟਰ ਆਪਾਂ ਚੱਲੇ ਹਾਂ ਘਰ ਘਰ ਵਿਛੜ ਗਈ ਮੇਰੇ ਤੋਂ ਆਹੋ ਚਲੋ ਚੱਲੀਏ ਕੰਟੀਨ ਬਸ ਕਰ ਜਾ ਸੱਟ ਨਾ ਲਵਾ ਲਈ ਫਿਰ ਕਹੇਗਾ ਮੁੱਦੇ ਮੂੰਹ ਪਏਗਾ ਚਲੋ ਚੱਲੀਏ ਜਲਦੀ ਜਲਦੀ ਕਿੰਨਾ ਟਾਈਮ ਲੱਗ ਗਿਆ ਨਿੱਕੀ ਨਿੱਕੀ ਮੀਂਹ ਦਾ ਮੀਂਹ ਇੱਧਰ ਨਿੱਕੀ ਨਿੱਕਾ ਨੀ ਦਾ ਮੀਂਹ ਜਿਹਾ ਪੈਂਦਾ ਪੂਰੀ ਜੀ ਇਹ ਪੈਂਦੀ ਲੈ ਚਲ ਦੇਖੋ ਥੱਕ ਗਏ ਨੇ ਤੇ ਮੈਡਮ ਹੁਣ ਡਰਾਈਵ ਕਰਨ ਲੱਗੇ ਨੇ ਤੇ ਵੇਖਦੇ ਆ ਫਿਰ ਮੈਡਮ ਆਉਂਦੀ ਉਹ ਹੀ ਆਉਂਦੀ ਉਹ ਫਿਰ ਝੂਟੇ ਮਾਟੇ ਲਓ ਜੀ ਮੈਡਮ ਜਵਾਕ ਵੀ ਪਾ ਲਓ ਉਹਨੂੰ ਮਗਰ ਚੱਲ ਜਵਾਕ ਬਹਿ ਉਹ ਲੈ ਮੈਡਮ ਓਏ ਹੋਏ ਲੱਸੀ ਹੋ ਗਈ ਜੇ ਗਾਇਸ ਅਸੀਂ ਤੁਰ ਪਏ ਹਾਂ ਤੇ ਅਸੀਂ ਨਿਕਲਣ ਲੱਗੇ ਹਾਂ ਤੇ ਆ ਮੈਡਮ ਨੇ ਹਜੇ ਇੱਥੇ ਮੈਡਮ ਵੇਟ ਕਰਿਓ ਤੁਹਾਨੂੰ ਲੈ ਜਾਵਾਂਗੇ ਤੁਸੀਂ ਤੁਰੇ ਆਏ ਹੋ ਇੱਥੇ ਹੀ ਹੈ ਮੈਡਮ ਨੇ ਆਪਣੀ
ਮੈਡਮ ਨੇ ਵੈਸ਼ਨੋ ਦੇਵੀ ਜੀ ਯਾਤਰਾ ਭਗਤਾਣੀ ਹੈਗੀ ਹੈ ਨਾਲ ਜਾਣਾ ਇਹਨੇ ਆਪੇ ਆਂਦੀ ਰਹਿਣਾ ਤੁਸੀਂ ਚਲੋ ਆ ਜਾ ਮੈਨੂੰ ਹੁਣ ਉਤਰਨਾ ਓ ਗਾਇਸ ਚਕਾਰਾ ਸ਼ਲਾਲੀ ਦਾ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਮਾਕੇ ਪਿਆਰ ਕੀ ਆਇਆ ਬਟਾਲ ਤੱਕ ਕਾਲਜ ਅਸੀਂ ਕਿੱਡੀ ਅੱਗਤ ਲਾਈ ਹੋਈ ਹੈ ਅੱਗੇ ਵੀ ਦੇਖਦੇ ਜਾ ਕੇ ਕੱਟੀਆਂ ਵਾਲੇ ਅਗਲਾ ਅਗਲਾ जवाक बाबा अगे चला रहे ने बाजी पै जानी साडी अगे एक्सीडेंट दो सवारी अपनी उतर गई काका जान डे काका मैं ते नैना काका वाहे आडा हुण असी जान डे बार बार शुक्र लगे तो अगे लत्तां टुट गईं तुर 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 डिपार्टमेंट गुरुद्वारा भी हैगा जी हैं गुरुद्वारा भी हैगा वेखो साडे कॉलेज कॉलेज बच्चे मत्था टेकते हैं जो तो दोनों पेपर होंगे उदो रब रब चिंता है गुरुद्वारा साहब निशान साहब ये तो स्पीड ब्रेकर बड़े बने मैं तो टिक ना जाव खालसा कॉलेज स्कूल भी आखो निकिया निकिया तो कम भी चली जाता नाल नाल जाई जाना एडमिशन चलो हम चली मैं वापस अपने सलून खरीदी है कॉलेज की चलो चलो हम मैं अपने सलून पहुंच गई हाँ खालसा कॉलेज तक विखा ही दिता मोस्टली मैं कहनी मेरा खालसा जरा कॉलेज के सामने सलून आती वेख सकते मेरे सलून का नाम अर्श सलून हैगा वा जो भी किसी ने भी आना इतने मैं हमेशा अवेलेबल हैगी हाँ आ के मैं मिल सकते जे ठीक है जे किसी ने काम करवाना कोई भी सर्विस मेकअप हेयर स्किन की कोई भी अवेलेबल हैगी थक गई मीह पैण पर बड़ी घुटन लगी हुई है पहुँच गई ये वैसे ही मेरा कोई अज प्लैन नहीं मतलब ब्लॉग बना बट मैं चलो तुम विखा ही दे खालसा कॉलेज तो वह छोटिया छोटिया क्लिपा आप बना लिया चलो मिलते थानू अगले ब्लॉग जो ब्लॉग वधिया लगे लाइक शेयर कमेंट जरूर कर दिए तो चैनल सबसक्राइब कर दे बाय।